कोरोना का कहर अभी थमा नहीं है, लेकिन लोगों की ओर से मास्क पहनना छोड़ दिया गया और साथ ही लोगों ने सामाजिक दूरी की हिदायतों को भी दरकिनार कर दिया है। जिस संबंध में डॉक्टर इंदराज ने कहा कि ये बात अच्छी है कि कोरोना अब धीरे धीरे सीमित हो रहा है, लेकिन पूरी तरह से खत्म नहीं हो रहा है, लेकिन लोग अगर पूरी तरह से लापरवाही बरतेंगे तो ये फैल सकता है। ਆਪਾਂ ਜਦੋਂ ਕਹਿੰਦੇ ਹਾਂ ਵੀ ਜਨਵਰੀ ਫਰਵਰੀ 'ਚ ਸਾਡਾ ਮੌਸਮ ਚੇਂਜ ਹੁੰਦਾ, ਮੌਸਮ ਚੇਂਜ ਹੋਣ ਦੇ ਨਾਲ ਜਿੱਦਾਂ ਸੀਜ਼ਨ ਚੇਂਜ ਹੁੰਦਾ, ਇੱਕ ਤਾਂ ਟੈਂਪਰੇਚਰ 'ਚ ਵੇਰੀਏਸ਼ਨ ਆਉਂਦੀ ਹੈ, ਵੀ ਇੱਕਦਮ ਠੰਡ ਤੋਂ ਗਰਮੀ ਵਾਲਾ ਮੌਸਮ, ਕਦੀ ਦਿਨ ਦੇ ਵੇਲੇ ਥੋੜ੍ਹੀ ਜਿਹੀ ਗਰਮੀ, ਸ਼ਾਮ ਨੂੰ ਜ਼ਿਆਦਾ ਠੰਡ। ਉਹਦੇ ਦੌਰਾਨ ਕੀ ਹੈ ਵੀ ਆਮ ਤੌਰ 'ਤੇ ਲੋਕ ਕੱਪੜੇ ਜਿਹੜੇ ਆ ਨਾ, ਇੱਕ ਤਾਂ ਸਹੀ ਢੰਗ ਨਾਲ ਨਹੀਂ ਪਾਉਂਦੇ ਚੇਂਜ ਆਫ ਵੈਦਰ ਕਰਕੇ। ਦੂਸਰੀ ਗੱਲ ਕਿ ਜਦੋਂ ਬਸੰਤ ਪੰਚਮੀ ਆਉਂਦੀ ਹੈ, ਨਵੇਂ ਫੁੱਲਾਂ 'ਤੇ ਪੁੰਗਰਾਟ ਆਉਂਦੀ ਹੈ, ਪੁੰਗਰਾਟ 'ਚ ਤੁਸੀਂ ਜਾਣਦੇ ਵੀ ਪੋਲਨਸ ਹੁੰਦੇ ਆ ਜਿਹੜੇ ਕਿ ਹਵਾ 'ਚ ਉੱਡਦੇ ਆ, ਅਤੇ ਜਿਹੜੇ ਐਲਰਜੀ ਵਾਲੇ ਪੇਸ਼ੈਂਟਸ ਹੁੰਦੇ ਨੇ ਉਹਨਾਂ ਨੂੰ ਜ਼ਿਆਦਾ ਐਲਰਜੀ ਫਲੇਅਰ ਅਪ ਹੋ ਜਾਂਦੀ, ਵੱਧ ਜਾਂਦੀ ਹੈ। ਇਸ ਕਰਕੇ ਹੁਣ ਸਾਡੇ ਵਿੱਚ ਅਸੀਂ ਇਹ ਦੇਖ ਰਹੇ ਹਾਂ ਵੀ ਓਪੀਡੀ ਦੇ ਵਿੱਚ ਇਸ ਸਮੇਂ ਸਾਡੇ ਕੋਲ ਇੱਕਦਮ ਐਲਰਜੀ ਵਾਲੇ ਪੇਸ਼ੈਂਟਸ ਬਹੁਤ ਹੀ ਜ਼ਿਆਦਾ ਵਾਧਾ ਹੋ ਗਿਆ। ਇਸ ਕਰਕੇ ਆਪਾਂ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਕਿ ਇੱਕ ਤਾਂ ਮੌਸਮ ਦੇ ਹਿਸਾਬ ਨਾਲ ਸਹੀ ਢੰਗ ਨਾਲ ਕੱਪੜੇ ਪਾਉਣੇ, ਇੱਕ ਆਪਣੀ ਸਿਹਤ ਦਾ ਖਿਆਲ ਰੱਖਣਾ, ਪਾਣੀ ਜ਼ਿਆਦਾ ਲੈਣਾ, ਮਲਟੀ ਵਿਟਾਮਿਨ ਜ਼ਰੂਰ ਲੈਣੇ ਤਾਂ ਕਿ ਤੁਹਾਡੀ ਇਮਿਊਨਿਟੀ ਵਧੀਆ ਬਣੀ ਰਹੇ। ਚੇਂਜ ਆਫ ਵੈਦਰ ਤਾਂ ਇੱਕ ਮੌਸਮ ਦੇ ਨਾਲ ਪ੍ਰਭਾਵ, ਪਰ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਹੁਣ ਕੋਵਿਡ ਵੀ ਦੁਬਾਰਾ ਵੱਧ ਰਿਹਾ, ਤੁਸੀਂ ਜੇ ਮਾਸਕ ਪਾਓਗੇ ਇੱਕ ਤਾਂ ਕੋਵਿਡ ਤੋਂ ਬਚਦੇ ਹੋ, ਇੱਕ ਐਲਰਜੀ ਤੋਂ ਵੀ ਬਚਦੇ ਹੋ, ਪੋਲਿਊਸ਼ਨ ਤੋਂ, ਡਸਟ ਤੋਂ, ਮਾਈਟ ਤੋਂ, ਸਾਰੇ ਤੋਂ ਆਪਾਂ ਬਚਦੇ ਹਾਂ। ਇਸ ਕਰਕੇ ਮਾਸਕ ਦਾ ਵੱਧ ਤੋਂ ਵੱਧ ਉਪਯੋਗ ਕਰਨਾ ਚਾਹੀਦਾ। ਇਸ ਟਾਈਮ ਕਰੋਨਾ ਦੁਬਾਰਾ ਅਪਸਰਜ ਹੋ ਗਿਆ, ਦੁਬਾਰਾ ਇੱਕਦਮ ਕੇਸਿਸ ਵੱਧ ਗਏ, ਇੱਕਦਮ ਹੁਣ ਜਿੱਦਾਂ ਸਕੂਲ ਖੁੱਲ੍ਹੇ ਆ, ਇੱਕ ਲੋਕਾਂ ਨੇ ਪ੍ਰੀਕੋਸ਼ਨ ਲੈਣੀ ਘੱਟ ਕਰ ਦਿੱਤੀ ਹੈ, ਲੋਕਾਂ ਨੇ ਸੋਚਿਆ ਵੀ ਆਪਾਂ ਮਾਸਕ ਨਾ ਪਾਈਏ ਵੀ ਕਰੋਨਾ ਖਤਮ ਹੋ ਗਿਆ, ਇੱਦਾਂ ਨਹੀਂ ਹੈ। ਕਰੋਨਾ ਦੇ ਕੇਸ ਦੇ ਵਿੱਚ ਸਾਨੂੰ ਤਿੰਨ ਚੀਜ਼ਾਂ ਦਾ ਵਰਤੋਂ ਕਰਨੀ ਪਏਗੀ। ਨੰਬਰ ਇੱਕ, ਸਾਨੂੰ ਇੱਕ ਤਾਂ ਵੈਕਸੀਨੇਸ਼ਨ ਜ਼ਰੂਰ ਕਰਵਾਉਣੀ ਚਾਹੀਦੀ, ਕੁਛ ਲੋਕ ਵੈਕਸੀਨੇਸ਼ਨ ਡਰਦੇ ਨਹੀਂ ਕਰਵਾ ਰਹੇ, ਹੁਣ ਮੈਂ ਸਭ ਤੋਂ ਪਹਿਲਾਂ ਵੈਕਸੀਨੇਸ਼ਨ ਕਰਵਾਈ, ਮੈਨੂੰ ਦੋਨੋਂ ਡੋਜ਼ ਲੱਗ ਗਏ, ਔਰ ਵੈਕਸੀਨ ਲਗਵਾਉਣ ਤੋਂ ਵੇਲੇ ਪਹਿਲੀ ਡੋਜ਼ ਵਾਰੀ ਜਾਂ ਦੂਜੀ ਡੋਜ਼ ਵਾਰੀ ਮੈਨੂੰ ਕੋਈ ਵੀ ਪ੍ਰੋਬਲਮ ਫੀਲ ਨਹੀਂ ਹੋਈ, ਇੱਥੋਂ ਤੱਕ ਕਿ ਕੋਈ ਬੁਖਾਰ ਨਹੀਂ ਹੋਇਆ, ਕੁਛ ਨਹੀਂ ਹੋਇਆ, ਨਾ ਕੋਈ ਸਰੀਰ 'ਚ ਦਰਦ ਆਈ ਹੈ। ਲੋਕਾਂ ਦੇ ਮਨ 'ਚ ਇੱਕ ਗਲਤ ਧਾਰਨਾ ਵੀ ਵੈਕਸੀਨ ਲਗਵਾਉਣ 'ਚ ਜੀ ਬਹੁਤ ਰਿਐਕਸ਼ਨ ਹੁੰਦਾ, ਅਸੀਂ ਲਗਵਾਉਣਾ ਨਹੀਂ, ਇਹ ਗਲਤ ਸੋਚ ਹੈ। ਨੰਬਰ ਇੱਕ, ਇੰਡੀਆ ਦਾ ਇੱਕ ਬਹੁਤ ਸਾਇੰਸ ਨੇ ਤਰੱਕੀ, ਆਪਾਂ ਯਾਫਤਾ ਮੁਲਕਾਂ ਦੇ ਵਿੱਚ ਦਾਖਲ ਹੋਏ ਹਾਂ, ਸਾਡੇ ਦੇਸ਼ 'ਚ ਦੁਨੀਆ ਦੇ ਅਸੀਂ ਉਹਨਾਂ 5-7 ਪਹਿਲੇ ਕੰਟਰੀਆਂ 'ਚ ਜਿੱਥੇ ਵੈਕਸੀਨ ਲੱਗ ਰਹੇ, ਸਾਨੂੰ ਵੈਕਸੀਨ ਲਗਵਾਉਣਾ ਚਾਹੀਦਾ। ਵੈਕਸੀਨ ਜਿਹਨੂੰ ਵੀ ਅਵੇਲੇਬਿਲਟੀ ਹੈਗੀ, ਜਿਹਦੀ ਰਜਿਸਟ੍ਰੇਸ਼ਨ ਹੋਈ ਹੈ, ਉਹਨੂੰ ਜ਼ਰੂਰ ਲਗਵਾਉਣਾ ਚਾਹੀਦਾ। ਨੰਬਰ 2 'ਤੇ ਸਾਡਾ ਮੈਸੇਜ ਇਹ ਹੈਗਾ ਕਿ ਮਾਸਕ ਪਾਓ, ਵੈਕਸੀਨ ਲੱਗਣ ਦੇ ਬਾਵਜੂਦ ਵੀ ਮਾਸਕ ਪਾਓ। ਹੁਣ ਕਰੋਨਾ ਨੇ ਜਿੱਦਾਂ ਆਪਣਾ ਰੂਪ ਬਦਲ ਰਿਹਾ, ਕਰੋਨਾ ਦੇ ਵਿੱਚ ਹੁਣ 2-3 ਨਵੀਆਂ ਸਟ੍ਰੇਨ ਆ ਗਈਆਂ, ਇੱਕ ਆਪਾਂ ਕਹਿੰਦੇ ਵੀ UK ਸਟ੍ਰੇਨ ਆ ਗਈ ਹੈ, ਇੱਕ ਸਾਊਥ ਅਫਰੀਕਨ ਸਟ੍ਰੇਨ ਆ ਗਈ। ਹੁਣ ਇਹ ਨਵੇਂ ਜਿਹੜੀਆਂ ਸਟ੍ਰੇਨ ਆ, ਇਹਨਾਂ ਦੇ ਕੇਸ ਵੀ ਹੁਣ ਇੰਡੀਆ 'ਚ ਦੇਖਣ ਨੂੰ ਮਿਲਦੇ ਆ, ਹੁਣ ਕਰੋਨਾ ਵਾਪਸ ਆਪਣਾ ਰੂਪ ਬਦਲਦਾ ਜਾ ਰਿਹਾ। ਇਸ ਕਰਕੇ ਦੁਬਾਰਾ ਲੋਕਾਂ ਨੂੰ ਰੀਇਨਫੈਕਸ਼ਨ ਵੀ ਹੋ ਸਕਦੀ ਹੈ, ਅਤੇ ਲੋਕਾਂ ਨੂੰ ਇਸ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਕਿ ਆਪਣੀ ਜਿਹੜੀ ਬੇਸਿਕ ਪ੍ਰਿਕੋਸ਼ਨ ਹੈ, ਦੋ ਚੀਜ਼ਾਂ, ਇੱਕ ਤਾਂ ਮਾਸਕ ਪਾਉਣਾ ਅਤੇ ਸੋਸ਼ਲ ਡਿਸਟੈਂਸ ਮੇਨਟੇਨ ਕਰਨਾ, ਨੰਬਰ 2 ਹੈਂਡ ਸੈਨੇਟਾਈਜੇਸ਼ਨ, ਆਪਣੇ ਹੱਥਾਂ ਨੂੰ ਜਾਂ ਤਾਂ ਸੈਨੇਟਾਈਜ਼ਰ ਨਾਲ ਕਲੀਨ ਕਰਨਾ ਜਾਂ ਸਾਬਣ ਨਾਲ ਧੋਣਾ। ਇਹ ਦੋ ਚੀਜ਼ਾਂ ਜੇ ਆਪਾਂ ਕਰਦੇ ਹਾਂ, ਇੱਕ ਮਿਲ ਕੇ ਐਫਰਟ ਕਰਦੇ ਹਾਂ, ਅਤੇ ਆਪਾਂ ਕਰੋਨਾ ਜਿੱਦਾਂ ਸਾਡੇ ਪਹਿਲਾਂ ਵੱਧਦਾ ਗਿਆ, ਇੱਕ ਟਾਈਮ ਆਇਆ ਵੀ ਸਾਨੂੰ ਲੋਕਡਾਊਨ ਲਗਾਉਣਾ ਪਿਆ, ਕਿੰਨੇ ਔਖੇ ਸਮੇਂ 'ਚੋਂ ਨਿਕਲੇ ਹਾਂ, ਕਿੰਨੀ ਸਾਡੀ ਇਕੋਨਮੀ ਪਿੱਛੇ ਗਈ ਹੈ। ਜੇ ਆਪਾਂ ਚਾਹੁੰਦੇ ਵੀ ਉਹ ਚੀਜ਼ ਸਮਾਂ ਸਾਡੇ 'ਤੇ ਦੋਹਰੀ ਨਾ ਆਵੇ, ਤਾਂ ਆਪਾਂ ਸਿੰਪਲ 2 ਸਟੈਪ ਲਈਏ, ਮਾਸਕ ਪਾਈਏ, ਸੋਸ਼ਲ ਡਿਸਟੈਂਸ ਮੇਨਟੇਨ ਕਰੀਏ, ਅਤੇ ਹੈਂਡ ਸੈਨੇਟਾਈਜੇਸ਼ਨ ਕਰੀਏ, ਦੈਟਸ ਇਟ। ਉਹਦੇ ਨਾਲ ਆਪਾਂ ਇਸ ਡਿਜ਼ੀਜ਼ ਨੂੰ ਕਹਿ ਲਓ ਵੀ ਇੱਕ ਢੰਗ ਨਾਲ ਹਰਾ ਸਕਦੇ।